लेखा रब मंगे सिया जिन्ना रही
थोड़े पे सच रही Thank you.
चार पैर हंड के पाव कम्बा में गुआ ले चार गवाया सौ चार पैर सौ के गुआ ले रात दे चार गवाया हंड के लेखा रब मगेसिया लेखा रब मगेसिया क्या ते खटिया कहां गवाया सबना दर लेखा होए चलो शिताओ चलो शिताओ दीवान बुलाया चल दर हाल दीवान बुलाया एक रत्ती I
अब पूछे कहाँ कहाँ आज कैसा टॉपिक छेड़ लिया ने क्योंकि एक गल हर कोई सुनना नहीं चाहता पैदा है कहना आसे दिया खुशी दिया गल ਸਾਨੂੰ ਚੰਗੀਆਂ ਲੱਗਦੀਆਂ ਨੇ ਇਹਦੇ ਵਿੱਚ ਕੋਈ ਡਰ ਹੈ ਪਰ ਮੈਂ ਚਾਹੁੰਦਾ ਸਾਂ ਅੱਜ ਇਸ ਟਾਪਿਕ ਨੂੰ ਸਪਸ਼ਟ ਕਰਾਂ ਉਸ ਦਿਨ ਤੋਂ ਲਗਾਤਾਰ ਇੱਕ ਚੀਜ਼ ਚੱਲ ਰਹੀ ਸੀ ਇੱਕ ਐਸਾ ਸਬਜੈਕਟ ਚੱਲ ਰਿਹਾ ਸੀ ਜਿਹਦਾ ਲੇਖੇ ਨਾਲ ਸੰਬੰਧ ਹੈ ਆਹ ਇੱਕ ਲਫ਼ਜ਼ ਨੇ ਜਿੱਥੋਂ ਮੈਂ ਉਸ ਪਾਸੇ ਮੁੜਨਾ ਚਾਹੁੰਦਾ ਗੁਰੂ ਆਖਦੇ ਮਨ ਕਾਹੇ ਭੁੱਲੇ ਮੂਲ ਬਣਾ ਇਹ ਮੂਰਖ ਮਨ ਇਹ ਗੱਲ ਕਿਉਂ ਭੁੱਲ ਗਿਆ ਕਿ ਕਦੀ ਤੈਨੂੰ ਵੀ ਸਬਕ ਦੇਣਾ ਪੈਣਾ ਲਓ ਇੱਥੇ ਰੁਕਣਾ ਚਾਹੁੰਦਾ ਮਨ ਕਾਹੇ ਭੁੱਲੇ ਮੂਲ ਬਣਾ ਅੱਗੇ ਲਫ਼ਜ਼ ਨੇ ਜਬ ਲੇਖਾ ਦੇਵੇ ਬੀਰਾ ਇੱਥੇ ਬੀਰਾ ਤੋਂ ਭਾਵ ਹੈ ਭਰਾ ਭਾਵ ਵੀਰਨ ਇਹ ਮੇਰੇ ਭਰਾਵਾ ਇਹ ਗੱਲ ਤੂੰ ਕਿਉਂ ਭੁੱਲ ਗਿਆ ਹੈ ਜਦੋਂ ਤੂੰ ਰੱਬ ਨਾਲ ਲੇਖਾ ਕਰਨ ਲੱਗਾ ਹੈ ਇਹ ਗੱਲ ਕਿਉਂ ਭੁੱਲ ਗਿਆ ਕਿ ਕਦੀ ਤੈਨੂੰ ਵੀ ਲੇਖਾ ਦੇਣਾ ਪੈਣਾ ਹੈ ਪਿਛਲਾ ਆਪਣਾ ਸਬਜੈਕਟ ਸੀ ਉਹ ਸੀ ਕਿ ਮਨੁੱਖ ਰੱਬ ਨਾਲ ਲੇਖਾ ਕਰਨ ਲੱਗਿਆ ਬੜਾ ਖੁਸ਼ ਹੁੰਦਾ ਅੱਜ ਕਿਉਂ ਉਦਾਸ ਹੈ ਹੁਣ ਤਾਂ ਤੇਰੀ ਵਾਰੀ ਹੈ ਲੇਖੇ ਦੀ ਰੱਬ ਨਾਲ ਲੇਖਾ ਕਰਦਾ ਇੱਕ ਚੱਲੇ ਸਾਂ ਮੈਂ ਪਹਿਲੀ ਪੌੜੀ ਦੀਆਂ 6 ਮਾਲਾ ਰੋਜ਼ ਕਰਨਾ ਇੱਥੋਂ ਸਬਜੈਕਟ ਲਿਆ ਸੀ ਅਸੀਂ ਮੈਨੂੰ ਰੱਬ ਨਾਲ ਬਿਜ਼ਨਸ ਕਰਨਾ
ਮੈਂ 6 ਪੌੜੀਆਂ ਪਹਿਲੀ ਪੌੜੀ ਦੀਆਂ 6 ਮਾਲਾ ਕਰਨਾ, ਮਾਲਾ ਇਹਨੇ ਬਣਾਈ ਵਹੀ ਦੀ ਥਾਂ ਤੇ ਹੈ, ਰੱਬ ਨੇ ਵਹੀ ਰੱਖੀ ਹੋਈ, ਫਰਕ ਇੰਨਾ ਹੀ ਹੈ। ਜਿਹੜੀ ਚੀਜ਼ ਗਿਣਤੀ ਲਿਖੀ ਤੇ ਜਿਹੜੀ ਗਿਣ ਕੇ ਦੱਸੇ ਵਹੀ ਚ ਕੀ ਹੁੰਦਾ। ਸ਼ਾਹੂਕਾਰ ਜਦੋਂ ਹਿਸਾਬ ਕਰਦਾ ਉਦੋਂ ਵਹੀ ਖੋਲ ਲੈਂਦਾ ਵੀ ਤੇਰੇ ਨਾਂ ਇੰਨਾ ਕੁਝ ਬੋਲਦਾ। ਉਸ ਵਹੀ ਚ ਉਹਨੇ ਵਰਿਆਂ ਪਹਿਲਾਂ ਲਿਖਿਆ ਹੋਵੇ ਉਹ ਵੀ ਬੋਲਦਾ, ਤੇ ਉੱਥੇ ਗੁਰੂ ਨੇ ਲਫ਼ਜ਼ ਵਰਤ ਦਿੱਤੇ, ਕਹਿੰਦੇ ਨੇ ਰੱਬ ਕੋਲ ਵਹੀ ਹੈ ਤੇ ਤੇਰੇ ਕੋਲ ਮਾਲਾ ਹੈ, ਤੂੰ ਆਪਣੀ ਵਹੀ ਵਿੱਚ ਹਿਸਾਬ ਲਿਖਣਾ ਹੈ, ਤੂੰ ਆਪਣੀ ਮਾਲਾ ਨਾਲ ਹਿਸਾਬ ਕਰਨਾ, ਉਹ ਆਪਣੀ ਵਹੀ ਨਾਲ ਕਰਦਾ, ਫਰਕ ਤੇ ਇੰਨਾ ਹੀ। ਜਦੋਂ ਤੂੰ ਹਿਸਾਬ ਕਰਦਾ ਸੀ ਉਦੋਂ ਕਦੀ ਸੋਚਿਆ ਸੀ ਕਿ ਮੈਨੂੰ ਵੀ ਹਿਸਾਬ ਦੇਣਾ ਪੈਣਾ ਹੈ, ਤੇ ਜੇ ਭਲਾ ਤੈਨੂੰ ਹਿਸਾਬ ਦੇਣਾ ਪੈ ਜਾਏ, ਅੱਜ ਤੇ ਤੂੰ ਹਿਸਾਬ ਦੀ ਗੱਲ ਸੁਣ ਕੇ ਵੀ ਪਰੇਸ਼ਾਨ ਹੈ। ਗੱਲ ਵੀ ਕੋਈ ਨੀ ਸੁਣਨਾ ਚਾਹੁੰਦਾ, ਅੱਜ ਤਾਂ ਰੱਬ ਦੇ ਹਿਸਾਬ ਦੀ ਗੱਲ ਸੁਣ ਕੇ ਵੀ ਤੇਰੇ ਮਨ ਵਿੱਚ ਉਦਾਸੀ ਹੈ, ਤਾਂ ਸਮਾਸ। ਪਰ ਜਦੋਂ ਤੂੰ ਰੱਬ ਨਾਲ ਹਿਸਾਬ ਕਰਨ ਲੱਗਿਆ ਤਾਂ ਲਫ਼ਜ਼ ਕਿਉਂ ਆਖੇ ਮਨ ਕਾਹੇ ਭੁੱਲੇ ਮੂੜ ਮਨਾ, ਇਹ ਗੱਲ ਤੂੰ ਕਿਉਂ ਭੁੱਲ ਗਿਆ, ਕਿਹੜੀ ਗੱਲ? ਇਹ ਗੱਲ ਕਿਉਂ ਭੁੱਲ ਗਿਆ? ਜਦ ਲੇਖਾ ਦੇਵੇਂ ਵੀਰਾ ਤਉ ਪੜਿਆ, ਜਦੋਂ ਤੈਨੂੰ ਲੇਖਾ ਦੇਣਾ ਪਿਆ ਇਹ ਗੱਲ ਕਦੋਂ ਭੁੱਲ ਗਈ? ਤੇ ਫਿਰ ਉਸ ਲੇਖੇ ਵੇਲੇ ਤੂੰ ਵੀ ਹਿਸਾਬ ਦੇਵੇਂਗਾ। ਇੱਕ ਲਫ਼ਜ਼ ਆਏ ਨੇ ਉੱਪਰ, ਤਬ ਪੁੱਛੇ ਤਬ ਪੁੱਛੇ ਕਿਆ ਕਹਾਂ। ਜਦੋਂ ਉਹਨੇ ਵਹੀ ਖੋਲੀ ਤੇ ਪੁੱਛਿਆ ਕਿ ਮੈਂ ਤੈਨੂੰ ਆਹ ਕੁਝ ਦਿੱਤਾ ਸੀ, ਤੇਰੇ ਨਾਂ ਲਿਖਿਆ ਹੋਇਆ, ਤੇ ਅਸੀਂ ਉਹ ਇੱਕ ਵਹੀ ਵਿੱਚ ਲਿਖਿਆ ਹੋਇਆ ਰੋਜ਼ ਪੜ੍ਹ ਲੈਂਦੇ ਹਾਂ। ਸੁਖਮਨੀ ਸਾਹਿਬ ਦੀ ਲਾਈਨਾਂ ਕੀ ਨੇ, ਜੇ ਪ੍ਰਸਾਦ ਧਰ ਉੱਪਰ ਸੁਖ ਬਸੈ, ਇਹ ਲਿਖਿਆ ਹੋਇਆ। ਜਿੰਦੀ ਕਿਰਪਾ ਨਾਲ ਤੂੰ ਇਸ ਧਰਤੀ ਤੇ ਸੁਖੀ ਵਸ ਰਿਹਾ, ਧਰਤੀ ਤੇਰੀ ਤੋਂ ਨਹੀਂ ਬਣਾਈ ਗਈ, ਤੂੰ ਮਕਾਨ ਬਣਾਇਆ, ਘਰ ਬਣਾਇਆ, ਧਰਤੀ ਨਹੀਂ ਬਣਾਈ। ਮਕਾਨ ਤੇਰਾ ਬਣਾਇਆ ਹੋਇਆ, ਮੈਂ ਪੈਰਸ ਕੀਤੀ ਸੀ,
ਪੰਜਾਹ ਸੌ ਸੱਠ ਸਾਲ ਬਾਅਦ ਸੌ ਸਾਲ ਬਾਅਦ ਢਹਿ ਜਾਣਾ ਹੈ, ਇਹਦੀ ਕੋਈ ਵੈਲਿਊ ਨਹੀਂ, ਢਹਿ ਜਾਣਾ ਇਹਦੀ ਵੈਲਿਊ ਅੱਜ ਵੀ ਜਦੋਂ ਤੁਸੀਂ ਮਕਾਨ ਖਰੀਦਦੇ ਹੋ ਉੱਥੇ ਨਾਲ ਲਿਖਿਆ ਹੁੰਦਾ ਹੈ ਇਹ ਮਕਾਨ ਇੰਨੇ ਸਾਲ ਪੁਰਾਣਾ ਬਣਿਆ ਹੋਇਆ ਹੈ, ਉਹਦੀ ਵੈਲਿਊ ਉਨੀ ਰਹਿ ਜਾਂਦੀ ਹੈ, ਇੰਨਾ ਪੁਰਾਣਾ ਮਕਾਨ ਹੈ। ਅਤੇ ਮੈਂ ਅਰਜ਼ ਕੀਤੀ ਸੀ ਕਦੇ ਕਿਸੇ ਨੇ ਇਹ ਨਹੀਂ ਆਖਿਆ ਜਿਸ ਧਰਤੀ 'ਤੇ ਬਣਿਆ ਉਹਨੂੰ ਪਤਾ ਉਹਨੀ ਕਿੰਨੀਆਂ ਸਦੀਆਂ ਬੀਤ ਗਈਆਂ ਨੇ, ਇਹ ਤਾਂ ਇੰਨੀ ਪੁਰਾਣੀ ਧਰਤੀ ਹੈ, ਧਰਤੀ ਪੁਰਾਣੀ ਨਹੀਂ ਹੋਈ। ਆਪਣੇ ਸ਼ਬਦ ਪੜ੍ਹਿਆ ਜਾ ਰਿਹਾ ਸੀ ਸਾਹਿਬ ਮੇਰਾ ਨੀਤ ਨਵਾਂ, ਉਹ ਨਵਾਂ ਅਤੇ ਰੋਜ਼ ਨਵਾਂ ਹੈ, ਨੀਤ ਨਵਾਂ ਹਰ ਰੋਜ਼ ਨਵਾਂ, ਇਸ ਲਈ ਉਹਦੀ ਹਰ ਇੱਕ ਚੀਜ਼ ਬਣਾਈ ਹੋਈ ਕਦੀ ਪੁਰਾਣੀ ਨਹੀਂ ਹੁੰਦੀ, ਤੇਰੀ ਬਣਾਈ ਹੋਈ ਪੁਰਾਣੀ ਹੋ ਗਈ। ਤੂੰ ਮਕਾਨ ਬਣਾਇਆ ਪੁਰਾਣਾ ਹੋ ਗਿਆ, ਉਹਦੀ ਕੋਈ ਵੈਲਿਊ ਨਹੀਂ, ਪਰ ਧਰਤੀ ਉਹਨੇ ਬਣਾਈ ਪੁਰਾਣੀ ਨਹੀਂ ਹੋਈ, ਤੂੰ ਅਜੇ ਵੀ ਉਸ ਧਰਤੀ 'ਤੇ ਵੱਸ ਰਿਹਾ ਹੈ। ਕਦੀ ਕੇਵਲ ਅਤੇ ਕੇਵਲ ਇੱਕ ਧਰਤੀ ਦਾ ਤੇਰੇ ਕੋਲੋਂ ਹਿਸਾਬ ਲੈ ਲੈਣਾ ਤੇਰੇ ਥੱਲਿਓਂ ਧਰਤੀ ਖਿੱਚ ਲੈ, ਜਦੋਂ ਮਨੁੱਖ ਦੇ ਪੱਲੇ ਕੁਝ ਨਾ ਰਹਿਣਾ, ਲੋਕ ਕਹਾਵਤ ਬਣਾ ਦਿੰਦੇ ਤੇ ਪੱਲੇ ਥੱਲੇ ਜ਼ਮੀਨ ਖਿੱਚ ਗਈ, ਜ਼ਮੀਨ ਤੋਂ ਬਾਅਦ ਸਭ ਕੁਝ ਹੈ। ਜੇ ਪ੍ਰਸਾਦ ਧਰ ਉੱਪਰ ਸੁਖ ਵਸੇ, ਸੁਖ ਵਸੈ ਸਗਲ ਸਮਗਰੀ ਸੰਗ ਸਾਥ ਵਸੈ, ਦੀਨੇ ਉਹਨੇ ਵੀ ਆਪਣੀ ਬਈ ਸੋਚਿਆ। ਤੂੰ ਜਦੋਂ ਰੱਬ ਨਾਲ ਹਿਸਾਬ ਕਰਨ ਲੱਗੇ ਇਹ ਗੱਲਾਂ ਸੋਚ ਲਈ। ਮੈਂ ਪਿਛਲੇ ਸਬਜੈਕਟ ਨਾਲ ਜੋੜ ਰਿਹਾ ਸੀ, ਅੱਜ ਦੀ ਗੱਲ ਤੇ ਉਦਾਸ ਹੀ ਨਾ ਹੋ ਜਾਇਓ, ਅਸੀਂ ਪਿੱਛੇ ਵੀ ਨਿਗਾਹ ਮਾਰ ਲਈ। ਸਗਲ ਸਮਗਰੀ ਸੰਗ ਸਾਥ ਵਸੈ, ਜੇ ਪ੍ਰਸਾਦ ਪੀਵੇ ਸੀਤਲ ਜਲਾ। ਪਾਣੀ ਜਿਹਨੇ ਮੁਹੱਈਆ ਕੀਤਾ ਉਹਨੇ ਤੇ ਬਿੱਲ ਭੇਜ ਦਿੱਤਾ, ਜਿਹਨੇ ਪਾਣੀ ਬਣਾਇਆ ਉਹਨੇ ਕੋਈ ਬਿੱਲ ਨਹੀਂ ਲਿਆ, ਉਹਨੇ ਵਿੱਚ ਜ਼ਰੂਰ ਨਿਕਲਿਆ ਹੋਇਆ। ਜੇ ਤੂੰ ਹਿਸਾਬ ਕਰੇਗਾ ਫਿਰ ਉਹ ਵੀ ਕਰੇਗਾ, ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁਲਾ, ਜੈ ਪ੍ਰਸਾਦ ਭੋਗੈ ਅੰਮ੍ਰਿਤ ਰਸਾ, ਸਗਲ ਸਮਗਰੀ ਸੰਗ ਸਾਥ ਵਸਾ। ਦੀਨੇ ਹਸਤ ਉਹਦੇ ਵਿੱਚ ਲਿਖਿਆ ਹੋਇਆ,
ਅਸਲ ਵਿੱਚ ਤੂੰ ਇਹ ਗੱਲ ਭੁੱਲ ਗਿਆ ਹੈ ਕਿ ਮੈਂ ਹਿਸਾਬ ਕਰਨ ਲੱਗਿਆ ਉਹਦੀ ਬਈ ਸੁਣ ਲਵਾਂ। ਬਸ ਮੈਂ ਅੱਜ ਚਾਹੁੰਦਾ ਸਾਂ ਮੈਂ ਉਹਦੀ ਬਈ ਵੀ ਯਾਦ ਕਰਾ ਦਿਆਂ। ਜਦੋਂ ਉਹਦੀ ਬਈ ਵੱਲ ਦੇਖਾਂਗੇ ਨਾ ਫਿਰ ਸਾਨੂੰ ਪਤਾ ਲੱਗੇਗਾ ਉਹਨੇ ਹੱਥ ਦਿੱਤੇ ਨੇ। ਬਨਾਵਟੀ ਲੋਕ ਵੀ ਹੱਥ ਬਣਾਉਂਦੇ ਨੇ, ਸੈਂਕੜੇ ਹਜ਼ਾਰਾਂ ਰੁਪਇਆ ਵੀ ਲੈਂਦੇ ਨੇ ਫਿਰ ਵੀ ਉਹ ਬਨਾਵਟੀ ਹੱਥ ਕੰਮ ਨਹੀਂ ਦਿੰਦੇ, ਬਨਾਵਟੀ ਪੈਰ ਵੀ ਬਣਦੇ ਨੇ। ਪਰ ਬਦਕਿਸਮਤ ਨੇ ਉਹ ਲੋਕ ਜਿਹੜੇ ਬਨਾਵਟੀ ਪੈਰਾਂ ਨਾਲ ਚੱਲਦੇ ਨੇ। ਕਿੰਨੇ ਕੁ ਦੇਰ ਚੱਲਣਗੇ, ਕਿੰਨੇ ਮੁਸ਼ਕਲਾਂ ਵਿੱਚ, ਕਿੰਨੀਆਂ ਔਕੜਾਂ ਵਿੱਚ, ਕਿੰਨੇ ਬਦਨਸੀਬ ਮਹਿਸੂਸ ਕਰਦੇ ਨੇ ਜਿਨ੍ਹਾਂ ਦੀਆਂ ਆਪਣੀਆਂ ਲੱਤਾਂ ਨਹੀਂ ਹੁੰਦੀਆਂ, ਆਪਣੇ ਪੈਰ ਨਹੀਂ ਹੁੰਦੇ। ਪਰ ਜਿਹਨੇ ਬਣਾ ਕੇ ਦਿੱਤੇ ਨੇ, ਤੈਨੂੰ ਨਾਲ ਹੀ ਭੇਜੇ ਨੇ, ਉਹਨੇ ਅੱਜ ਤੱਕ ਤੇਰੇ ਕੋਲੋਂ ਕੋਈ ਬਿੱਲ ਨਹੀਂ ਮੰਗਿਆ। ਉਹਦੀ ਵਹੀ ਵਿੱਚ ਲਿਖਿਆ ਹੋਇਆ ਜੇ ਤੂੰ ਉਹਦੇ ਨਾਲ ਮਾਲਾਂ ਦਾ ਹਿਸਾਬ ਕਰੇਗਾ, ਜੇ ਤੂੰ ਉਹਦੇ ਨਾਲ ਹਿਸਾਬ ਕਰੇਗਾ, ਮੈਂ ਇਹਨੇ ਜਪਜੀ ਸਾਹਿਬ ਦੇ ਪਾਠ ਕਰ ਲੈਣੇ, ਮੈਂ ਇੰਨਾ ਦਾਨ ਕੀਤਾ। ਗੁਰੂ ਨੇ ਬਾਣੀ ਵਿੱਚ ਆਖਦੇ ਹੈ ਇੰਨਾ ਵੱਡਾ ਬਿਜ਼ਨਸਮੈਨ ਹੈ ਕਿ ਦਾਨ ਕਰਨ ਲੱਗਿਆ ਵੀ ਸੋਚਣਾ ਹੈ ਵੀ ਤਾਂ ਕਰਾਂਗੇ ਇਹਦੇ ਬਦਲੇ ਵਿੱਚ ਕੀ ਮਿਲੇਗਾ। ਗੁਰੂ ਨੇ ਬਾਣੀ ਵਿੱਚ ਆਖਿਆ ਕਿ ਦਾਨ ਕਰਦਾ ਦੇ ਦੇ, ਉਹ ਦਿੰਦਾ ਨਹੀਂ ਮੰਗਦਾ, ਕਹਿੰਦਾ ਇੰਨਾ ਦਾਨ ਕਰਾਂਗਾ ਤੇ ਹਜ਼ਾਰ ਗੁਣਾ। ਜੇ ਉਹਨੂੰ ਪਤਾ ਲੱਗ ਜਾਏ ਨਾ ਵੀ ਹਜ਼ਾਰ ਗੁਣਾ ਪਰਤ ਕੇ ਆਵੇਗਾ, ਇਹਦਾ ਫਲ ਮਿਲੇਗਾ, ਤਾਂ ਦਾਨ ਕਰ ਸਕਦਾ। ਕਿੱਡਾ ਵੱਡਾ ਵੀ ਇੰਨੀ ਵਿਆਜ ਤਾਂ ਕਿਤੇ ਜ਼ਰੂਰੀ ਨਹੀਂ ਜਿੰਨੀ ਇਹ ਭਲਦਾ। ਗੁਰੂ ਕਹਿੰਦੇ ਨੇ ਮੈਂ ਦੇਖਦਾ ਕੀ ਆ, ਦੇ ਮੰਗੇ ਸਹਿਸਾ ਗੁਣਾ, ਸਹਿਸਾ ਮਤਲਬ ਹਜ਼ਾਰਾਂ ਹਜ਼ਾਰਾਂ ਗੁਣਾ। ਮੈਂ ਦਾਨ ਤਾਂ ਕਰਨਾ ਕਿਉਂਕਿ ਮੈਨੂੰ ਹਜ਼ਾਰਾਂ ਗੁਣਾ ਮਿਲੇਗਾ। ਜੇ ਉਹਨੂੰ ਇਹ ਪਤਾ ਲੱਗ ਜਾਏ ਨਾ ਇਸ ਦਾਨ ਦਾ ਕੋਈ ਫਾਇਦਾ ਨਹੀਂ, ਬਿਲਕੁਲ ਦਾਨ ਨਾ ਕਰੇ। ਇਹ ਤਾਂ ਡਬਲ ਫਾਇਦਾ ਉਠਾਉਂਦਾ, ਕਹਿੰਦੇ ਨਾਲ ਤਾਂ ਹਜ਼ਾਰਾਂ ਗੁਣਾ ਦਾਨ ਦਾ ਫਲ ਮਿਲੇ ਤੇ ਨਾਲ ਲੋਕ ਆਖਣ ਵੀ ਆਹ ਬੜਾ ਵੱਡਾ ਦਾਨੀ ਹੈ, ਇਹਨੇ ਤਾਂ ਇੰਨਾ ਦਾਨ ਕਰ ਦਿੱਤਾ, ਨਾਲ ਦੁਨੀਆਂ ਮੇਰੀ ਸੋਭਾ ਕਰੇ। ਡਬਲ ਕੰਮ, ਦਾਨ ਦਾ ਫਲ ਮਿਲੇ, ਦਾਨ ਦੇ ਵਿਆਜਾ ਮਿਲੇ, ਵਿਆਜ ਮਿਲੇ ਤੇ ਹਜ਼ਾਰਾਂ ਗੁਣਾ ਮਿਲੇ ਤੇ ਨਾਲ ਲੋਕ ਆਖਣ ਵੀ ਬੜਾ ਵੱਡਾ ਦਾਨੀ ਹੈ। ਗੁਰੂ ਬਾਣੀ ਵਿੱਚ ਕਹਿੰਦੇ ਹਾਲਤ ਤੇਰੀ ਬਿਆਨ ਕਰਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ, ਸੰਸਾਰ ਸੋਭ ਕਰੇ, ਸੋਭ ਕਰੇ ਸੰਸਾਰ ਦੀਨੇ ਹਸਤ ਪਾਪ ਕਰਨ ਨਿਤਰ ਰਸਨਾ, ਕਿਸੇ ਤਿਆਗ ਅਵਰ ਸੰਗ ਰਚਨਾ। ਬਸ
ਆਹ ਗੱਲ ਸਮਝਾਉਣਾ ਚਾਹੁੰਦੇ ਨੇ ਗੁਰੂ ਨਾਨਕ। ਤੇ ਕਹਿੰਦੇ ਨੇ ਮੈਂ ਵੇਖਦਾ ਕਿ ਆਪ ਪੁੱਛੇ ਕਿਆ ਕਹਾ, ਜਦੋਂ ਤੇਰੇ ਨਾਲ ਇਤਰਾਬ ਹੋਣ ਲੱਗਾ ਫਿਰ ਕੀ ਆਖੇਗਾ ਕਿ ਮੈਂ ਇੰਨੀਆਂ ਸਦੀਆਂ ਇੰਨੇ ਵਰੇ ਤੇਰੀ ਦਿੱਤੀ ਹੋਈ ਹਰ ਇੱਕ ਚੀਜ਼ ਹੰਢਾਈ ਹੈ ਤੇ ਮੈਂ ਤੇਰੇ ਨਾਲ ਹਿਸਾਬ ਕੀਤਾ, ਤੂੰ ਮੇਰੇ ਨਾਲ ਕੀਤਾ ਹੀ ਨਹੀਂ। ਮੈਂ ਹੰਢਾਈ ਕੀ ਕਹਿਣਾ। ਅੱਗੇ ਜਾ ਕੇ ਇੱਕ ਲਫ਼ਜ਼ ਵਰਤੇ ਨੇ ਉੱਥੇ ਲਿਖਣ ਕੇ ਆਈ ਆਈ ਮਸਤ ਜੜਵਤ ਕੀ ਨਿਆਈ ਯੋ ਤਸਕਰ ਸੁਨਹਾ ਸਾਰਨਹਾ। ਅਖੇ ਉਦੋਂ ਫਿਰ ਅਖੇ ਇਹੋ ਜਿਹੀ ਚੁੱਪ ਧਾਰਨ ਕਰੇਗਾ। ਮਸਤ ਕਹਿੰਦੇ ਨੇ ਚੋਪਣ ਚੁੱਪ ਮਸਤ ਦਾ ਅਰਥ ਹੈ ਗੁਰਬਾਣੀ ਅਨੁਸਾਰ ਚੁੱਪ। ਗੁਰਬਾਣੀ ਅੰਦਰ ਇੱਕ ਤਾਂ ਤੇ ਨੇ ਅਨੇਕਾਂ ਥਾਵਾਂ ਤੇ ਇਹ ਲੱਗਦਾ ਹੈ। ਸੰਤ ਮਿਲੇ ਕਿ ਸੁਣੀਏ ਕਹੀ ਹੈ ਮਿਲੇ ਅਸੰਤ ਮਸਤ ਮਸਤ ਕਰਨੀ ਹੈ। ਜੇ ਕੋਈ ਬੁਰਾ ਆਦਮੀ ਹੋਵੇ ਉਹਦੇ ਨਾਲ ਚੁੱਪ ਕਰ ਜਾਣਾ ਚੰਗਾ, ਉਹਦੇ ਨਾਲ ਗੱਲ ਹੀ ਨਾ ਕਰੋ। ਸੰਤ ਮਿਲੇ ਕਿ ਸੁਣੀਏ ਕਿ ਕੋਈ ਚੰਗੀ ਵਿਚਾਰ ਮਿਲੇ ਮਿਲੇ ਅਸੰਤ ਮਸਤ ਕਰ। ਮਸਤ ਦਾ ਅਰਥ ਹੈ ਚੁੱਪ। ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਰੱਬ ਤੇਰੇ ਨਾਲ ਹਿਸਾਬ ਕਰਨ ਲੱਗਾ ਫਿਰ ਕੀ ਜਵਾਬ ਦੇਗਾ। ਆਈ ਮਸਤ ਚੁੱਪ, ਕੋਈ ਜਵਾਬ ਹੀ ਨਹੀਂ ਤੇਰੇ ਕੋਲ। ਜੜਵਤ ਕੀ ਨਹੀਂ ਆਈ, ਜਿਵੇਂ ਪੱਥਰ ਹੁੰਦਾ ਕਿਉਂ ਖੜਾ ਹੈ। ਤੇ ਅਗਲੇ ਪਾਸੇ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਨੇ। ਉਹ ਕਹਿੰਦੇ ਚੋਰ ਚੋਰੀ ਕਰਕੇ ਲੈ ਜਾਏ, ਚੋਰ ਚੋਰੀ ਕਰਕੇ ਲੈ ਜਾਏ ਉਸ ਤੋਂ ਬਾਅਦ ਫੜਿਆ ਵੀ ਜਾਏ, ਉਹ ਬਾਰ ਬਾਰ ਅਦਾਲਤ ਵਿੱਚ ਆਪਣੀ ਚੋਰੀ ਤੋਂ ਮੁੱਕਰਦਾ ਹੈ। ਕਹਿੰਦਾ ਮੈਂ ਤਾਂ ਚੋਰੀ ਕਦੇ ਕੀਤੀ ਨਹੀਂ, ਮੈਂ ਚੋਰ ਤਾਂ ਹਾਂ ਹੀ ਨਹੀਂ। ਇਹ ਐਵੇਂ ਮੈਨੂੰ ਬਦਲਾਵ ਕੀਤਾ ਜਾ ਰਿਹਾ, 20 ਤਰ੍ਹਾਂ ਦੀ ਸ਼ਹਾਦਤਾਂ ਦੇਣ ਦੇ ਪਰੂਫ ਦੇਣ ਦੀ ਕੋਸ਼ਿਸ਼ ਕਰਦਾ ਵੀ ਇਹ ਚੋਰੀ ਮੇਰੇ ਨਾਲ ਨਾ ਲੱਗੇ, ਕਿਉਂਕਿ ਪਰੂਫ ਚਾਹੀਦਾ ਨਾ। ਪਰ ਇੱਥੇ ਗੁਰੂ ਨੇ ਇੱਕ ਲਫ਼ਜ਼ ਵਰਤਿਆ, ਨਾਨਕ ਜੰਮਪੁਰ ਵੱਧੇ ਮਾਰ ਗਿਆ ਜਿਉਂ ਸੰਨੀ ਉੱਪਰ ਚੋਰ, ਇੱਕ ਲਫ਼ਜ਼ ਵਰਤਿਆ ਜੋ ਤਸਕਰ ਦਰਸ਼ਨ ਹੈ। ਇਹਦਾ ਅਰਥ ਹੈ ਜਿਵੇਂ ਸੰਨੀ ਲਾਉਣ ਸਣ ਲਾਉਂਦਾ ਚੋਰ ਜੇ ਉੱਥੇ ਹੀ ਫੜਿਆ ਜਾਏ ਫਿਰ ਤਾਂ ਨਹੀਂ ਨਾ ਮੁਕਰ ਸਕਦਾ, ਫਿਰ ਤਾਂ ਨਹੀਂ ਕਹਿ ਸਕਦਾ ਮੈਂ ਚੋਰ ਚੋਰੀ ਨਹੀਂ ਕੀਤੀ ਜਾਂ ਮੈਂ ਚੋਰ ਨਹੀਂ। ਜੇ ਸਣ ਲਾਉਂਦਾ ਫੜਿਆ ਜਾਏ ਤੇ ਫਿਰ ਉਹਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਕਿ ਮੈਂ ਚੋਰ ਨਹੀਂ। ਗੁਰੂ ਕਹਿੰਦੇ ਨੇ ਆਪ ਪੁੱਛੇ ਕਿਆ ਕਹਾ, ਦੱਸ ਹੁਣ ਕੀ ਜਵਾਬ ਦੇਵੇਗਾ। ਤੂੰ ਤੇ ਸੜਨੀ ਉੱਪਰ ਜਿਵੇਂ ਚੋਰ ਫੜਿਆ ਜਾਂਦਾ, ਸੜਨ ਤੇ ਚੋਰ ਫੜਿਆ ਜਾਂਦਾ, ਇਹੋ ਤੇਰੀ ਹਾਲਤ ਹੈ। ਤੂੰ ਚੁੱਪ ਕਰ ਗਿਆ, ਹੋਰ ਹੁਣ ਕੁਝ ਤੇਰੇ ਕੋਲ ਸਵਾਲ ਨਹੀਂ, ਤੇਰੇ ਕੋਲ ਕੋਈ ਜਵਾਬ ਨਹੀਂ। ਜਵਾਬ ਮੰਗਣ ਵਾਲਾ ਤੇਰੇ ਕੋਲੋਂ ਜਵਾਬ ਮੰਗ ਰਿਹਾ, ਤੇਰੇ ਕੋਲ ਕੋਈ ਜਵਾਬ ਨਹੀਂ ਹੋਵੇਗਾ। ਜਦੋਂ ਉਹ ਹਿਸਾਬ ਕਰੇਗਾ
ਉਦੋਂ ਤੂੰ ਆਪਣੀ ਸਫਾਈ ਲਈ ਕੁਛ ਨਹੀਂ ਕਹਿ ਸਕਦੇ। ਇਸ ਲਈ ਚੰਗੀ ਗੱਲ ਇਹ ਹੈ ਤੂੰ ਉਹਦੇ ਨਾਲ ਹਿਸਾਬ ਕਰਨ ਲਈ ਛੱਡ ਦੇ, ਉਹ ਵੀ ਗੱਲ ਬਾਣੀ ਚੱਕੀ ਨੇ। ਆਖ ਲੇਖਾ ਛੋੜ ਅਲੇਖੇ ਛੂਟੇ, ਇਹ ਅਰਦਾਸ ਲੇਖੇ ਕਦੇ ਨਾ ਛੁੱਟ ਗਏ ਖਿਣ ਖਿਣ ਬੋਲਣ ਹਾਰ। ਮਹਾਰਾਜ ਮੇਰੇ ਨਾਲ ਲੇਖਾ ਨਾ ਕਰੇ ਹੋ, ਪਰ ਤੂੰ ਵੀ ਲੇਖਾ ਛੱਡ ਦੇ। ਤੂੰ ਆਖ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਸਿੰਘੀ, ਜੋ ਤੂੰ ਕਰੇ ਕਰਾਵੇ ਸਵਾਮੀ ਸਾਹ ਮਸਲਤ ਪ੍ਰਵਾਨ। ਜਦੋਂ ਤੂੰ ਉਹਦੇ ਹੁਕਮ ਵਿੱਚ ਰਾਜ਼ੀ ਰਹਿਣ ਦੀ ਆਦਤ ਬਣਾ ਲਏਗਾ, ਆਪਣੀ ਕੋਸ਼ਿਸ਼ ਆਪਣਾ ਆਪਣਾ ਵਖਲਾਰਾ ਛੱਡ ਦੇਗਾ, ਫਿਰ ਉਹਨਾਂ ਦਾ ਹਿਸਾਬ ਵੀ ਖਤਮ ਹੋ ਜਾਏਗਾ। ਫਿਰ ਆਖੀ ਲੇਖੇ ਕਤੇ ਨਾ ਛੁੱਟੀਏ ਖਿਣ ਖਿਣ ਬੋਲਣ ਹਾਰ, ਫਿਰ ਆਖੀ ਲੇਖਾ ਛੋੜ ਅਲੇਖੇ ਛੁੱਟੇ। ਮੈਂ ਤਾਂ ਅਲੇਖੇ ਨਾਲ ਛੁੱਟ ਸਕਣਾ, ਮੈਂ ਲੇਖਿਆਂ ਵਿੱਚ ਨਹੀਂ ਛੁੱਟ ਸਕਦਾ, ਪਰ ਉਹ ਤਾਂ ਹੈ ਜੇ ਤੂੰ ਵੀ ਰੱਬ ਨਾਲ ਲੇਖਾ ਛੱਡ ਦੇ। ਪਰ ਪਿਛਲੇ ਸਾਰੇ ਪ੍ਰਕਰਨ ਵਿੱਚ ਮੈਨੂੰ ਇਹ ਕੁਝ ਸਪਸ਼ਟ ਹੋਇਆ ਕਿ ਤੂੰ ਰੱਬ ਨਾਲ ਲੇਖੇ ਕਰਨਾ ਹੈ, ਹਰ ਕਦਮ ਤੇ ਕਰਨਾ ਹੈ। ਮੈਂ ਇੰਨਾ ਸਮਾਂ ਆਪਣੀ ਜ਼ਿੰਦਗੀ ਮੈਂ ਬਲਕਿ ਇਹੋ ਜਿਹਾ ਲਿਖਣ ਵਾਲੇ ਨੇ, ਇਸ ਰਸਤੇ ਪਾਉਣ ਵਾਲਿਆਂ ਨੇ ਸਾਡੇ ਸਾਹਮਣੇ ਜਿਵੇਂ ਮੈਂ ਅਰਜ਼ ਕੀਤੀ ਸੀ ਵੀ ਇੰਨੀਆਂ ਪੌੜੀਆਂ ਇੰਨੀਆਂ ਮਾਲਾ ਫੇਰ ਲੈਣ, ਬਸ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫਲ ਮਿਲੇਗਾ। ਇੱਥੇ ਬਸ ਨਹੀਂ, ਫਿਰ ਇਹ ਆਖਣਗੇ ਕਿ ਦਸਵੰਧ ਕੱਢਣਾ, ਦਸਵੰਧ ਕੱਢਣਾ, ਤੇ ਨਾਰੇ ਆਖਣਗੇ ਨਿਰਾਏ ਨਹੀਂ ਪੈਸੇ ਦਾ ਦਸਵੰਧ ਕੱਢਣਾ ਹੈ, ਜੀਵਨ ਦਾ ਵੀ ਦਸਵੰਧ ਕੱਢਣਾ। ਦਿਨ ਰਾਤ ਵਿੱਚ 2.5 ਘੰਟੇ ਸਤਸੰਗ ਕਰੀ, ਬਸ ਦਸਵੰਧ ਨਿਕਲ ਗਏ। ਅਜੀਬ ਅਜੀਬ ਗੱਲ ਹੈ, ਜਿਸ ਦਿਨ ਹਿਸਾਬ ਦੇਣ ਲੱਗੇ ਉਸ ਦਿਨ ਦਸਵੰਧ ਦਾ ਦੇਵੇਗਾ। ਇਹਨਾਂ ਚੱਕਰਾਂ ਵਿੱਚ, ਇਹਨਾਂ ਫਿਕਰਾਂ ਵਿੱਚ ਤੇ ਇਹਨਾਂ ਗਿਣਤੀਆਂ ਵਿੱਚ ਪੈਣਾ, ਸਤਿਗੁਰ ਤੇ ਇਹ ਗੱਲ ਕਹਿੰਦੇ ਨੇ ਗਣਿਤ ਕਰਨ ਨਾਲ ਮੈਂ ਛੁੱਟ ਨਹੀਂ ਸਕਦਾ। ਸਤਿਗੁਰੂ ਅਰਦਾਸ ਵਿੱਚ ਤੇ ਇਹੋ ਹੀ ਅੰਤਰ ਹੈ, ਅਰਦਾਸ ਗੁਰੂ ਨੇ ਕਿਉਂ ਦਿੱਤੀ ਹੈ। ਸਿੱਖ ਦੀ ਝੋਲੀ ਅਰਦਾਸ ਜਿਹੜੀ ਪਾਈ ਹੈ, ਉਸ ਅਰਦਾਸ ਦਾ ਕਾਰਨ ਹੀ ਇਹ ਹੈ ਕਿਉਂਕਿ ਅਰਦਾਸ ਨਿਮਰਤਾ ਪੈਦਾ ਕਰਦੀ ਹੈ। ਇਹ ਆਖਦੀ ਹੈ ਜੀ ਮੈਂ ਗਣਿਤ ਨਾਲ ਨਹੀਂ ਛੁੱਟ ਸਕਦਾ, ਮੈਂ ਲਿਖਿਆ ਨਾਲ ਨਹੀਂ ਛੁੱਟ ਸਕਦਾ, ਮੈਂ ਕਿਸੇ ਅਲੇਖੇ ਨੂੰ ਪਾਲਣਾ ਤੇ ਮੇਰੇ ਨਾਲ ਲੇਖਾ ਮੈਨੂੰ ਨਾ ਦੇਣਾ ਪਵੇ। ਗੁਰੂ ਨੇ ਇਸੇ ਲਈ ਆਵਾਜ਼ ਦਿੱਤੀ ਤੇ ਆਖਿਆ ਉਹ ਮਨ ਜਦੋਂ ਰੱਬ ਨਾਲ ਲੇਖਾ ਕਰਨ ਲੱਗੇ ਉਦੋਂ ਰੱਬ ਦੀ ਵਹੀ ਨੂੰ ਵੀ ਯਾਦ ਕਰ ਲਈ, ਉੱਥੇ ਵੀ ਕੁਝ ਲਿਖਿਆ ਹੋਇਆ ਹੈ ਤੇ ਉਸ ਦੇ ਲਿਖੇ ਹੋਏ ਨੂੰ ਤੂੰ ਬੋਲ ਨਹੀਂ ਸਕੂਗਾ, ਉੱਥੇ ਤੇਰੇ ਕੋਲ ਜਵਾਬ ਵੀ ਕੋਈ ਨਹੀਂ ਹੋਵੇ। ਤੇ ਇਹੋ ਗੱਲ ਗੁਰਬਾਣੀ ਦੇ ਇਸ ਸ਼ਬਦ ਵਿੱਚ ਆਖਰੀ ਲਾਈਨ ਵਿੱਚ ਇੱਕ ਆਖੀ, ਉਹਨੇ ਕਹਿਣ ਲੱਗੇ ਆਵਣ ਜਾਣ ਨਾ ਸੁਝੇ ਭੀੜੀ ਗਲੀ ਫਾਈ,
ਜੇ ਕਿਸੇ ਹੋਰ ਦਰਬਾਰ ਵਿੱਚ ਕਿਸੇ ਹੋਰ ਦੀ ਅਦਾਲਤ ਵਿੱਚ ਜੇ ਤੈਨੂੰ ਹਿਸਾਬ ਦੇਣਾ ਪਵੇ ਤੇ ਕਈ ਵਾਰ ਤੂੰ ਨਸ ਭੱਜ ਨਿਕਲੇ, ਕੋਸ਼ਿਸ਼ ਇਹ ਵੀ ਹੁੰਦੀ ਵੀ ਮੈਂ ਇੱਥੋਂ ਭੱਜ ਜਾਵਾਂ। ਬਾਣੀ ਵਿੱਚ ਆਖਿਆ ਮਨ ਸਾਹਿਬ ਦੀ ਬਾਣੋ ਕੋਈ ਨਸ ਭੱਜ ਨਿਕਲੇ, ਹਰ ਦੀ ਬਾਣੋ ਕੋਈ ਕਿੱਥੇ ਜਾਇਆ, ਉੱਥੇ ਕਿਵੇਂ ਭੱਜੇਗਾ? ਆਮ ਜਾਣਨਾ ਸੁਝੇ ਭੀੜੀ ਗਲੀ ਹੋਈ, ਉੱਥੇ ਫਿਰ ਤੈਨੂੰ ਆਉਣ ਜਾਣ ਲਈ ਨਸ ਭੱਜਣ ਲਈ ਵੀ ਕੋਈ ਥਾਂ ਨਹੀਂ ਮਿਲੀ। ਆਪਣਾ ਮੂੰਹ ਛੁਪਾਉਣ ਲਈ, ਆਪਣੇ ਬਚਾਅ ਲਈ ਕੋਈ ਸਾਧਨ ਨਹੀਂ ਮਿਲਣਾ। ਇਸ ਲਈ ਚੰਗੀ ਗੱਲ ਇਹ ਹੈ ਕਿ ਆਪਣਾ ਵੀ ਲੇਖਾ ਛੱਡ ਦੇ ਤੇ ਆਪਣਾ ਵੀ ਲੇਖਾ ਗੁਆ ਲੈ, ਰੱਬ ਨਾਲ ਲੇਖਾ ਕਦੇ ਨਾ, ਕਿਉਂਕਿ ਜਦੋਂ ਤੂੰ ਲੇਖਾ ਕਰਨਾ ਹੈ ਉਦੋਂ ਹਾਂ ਵਿੱਚ ਕਰਨਾ ਹੈ। ਪਹਿਲਾਂ ਹਾਂ ਪੈਦਾ ਹੁੰਦੀ, ਮੈਂ ਇੰਨੇ ਪਾਠ ਕੀਤੇ, ਮੈਂ ਇੰਨਾ ਦਾਨ ਕੀਤਾ, ਉਹ ਹਾਂ ਵਿੱਚ ਪੈਦਾ ਹੁੰਦੀ ਤੇ ਹਾਂ ਜਿਹੜੀ ਹੈ ਉਹ ਲੇਖੇ ਵਿੱਚ ਪਾਉਂਦੀ। ਇਸ ਲਈ ਜਿਸ ਦਿਨ ਤੂੰ ਇਹ ਆਖ ਦਿੱਤਾ ਲੇਖਾ ਛੋੜ ਅਲੇਖੇ ਛੁੱਟੇ ਹਮ ਨਿਰਗੁਣ ਲਿਹੋ ਉਬਾਰੀ, ਉਸ ਦਿਨ ਤੂੰ ਉਸ ਘੇਰੇ ਵਿੱਚ ਆ ਜਾਏਗਾ ਕਿ ਨਾ ਤੂੰ ਰੱਬ ਨਾਲ ਲੇਖਾ ਕਰ, ਨਾ ਰੱਬ ਤੇਰੇ ਨਾਲ ਲੇਖਾ ਕਰ। ਤੇ ਨਹੀਂ ਤਾਂ ਇਹੋ ਗੱਲ ਗੁਰਬਾਣੀ ਨੇ ਫਿਰ ਦਿਲ ਕਰਾਈ ਤੇ ਆਖੀ ਭਰਿਆ, ਜੇ ਤੂੰ ਲੇਖਾ ਕਰੇਗਾ ਫਿਰ ਇਹ ਵੀ ਯਾਦ ਰੱਖ ਤੈਨੂੰ ਵੀ ਲੇਖਾ ਦੇਣਾ ਪਏਗਾ। ਤੇਰੇ ਕੋਲ ਤਾਂ ਉਹ ਨੀ ਕੋਈ ਬਹੀ ਨੇ ਮਾਲਾ, ਤੇ ਉਹਦੇ ਕੋਲ ਤਾਂ ਇਹੋ ਜੀ ਬਹੀ ਹੈ ਜਿੱਥੇ ਲਿਖਿਆ ਹੋਇਆ ਜ਼ਿੰਦਗੀ ਜੀਵਨ ਦਾ ਕਦੀ ਕੋਈ ਬਿਹਾ ਹੀ ਨਹੀਂ ਸਕਦਾ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ ਕਹਿਣ ਲੱਗੀ ਰੱਬ ਮੰਗੇ ਸੀਆ
ਸੀ ਦੇਗ ਮਿਲੇ ਇੱਕ ਵਾਰੀ ਭਾਗ ਤੇਰਾ ਭੰਡਾਰੀ ਕੁਰਬਾਨੀ ਹੈ। ਧਰਤੀ ਮਾਲਕ ਨੇ ਪੈਦਾ ਕੀਤੀ ਅਤੇ ਦੁਨੀਆਂ ਦੇ ਸਾਰੇ ਖਜ਼ਾਨੇ ਉਹਦੇ ਵਿੱਚ ਰੱਖ ਦਿੱਤੇ, ਆਖਿਆ ਤੈਨੂੰ ਮਾਂ ਬਣਾ ਕੇ ਭੇਜਿਆ। ਜਿਵੇਂ ਘਰ ਦਾ ਕਿਚਨ ਘਰ ਦੀ ਰਸਤ ਭਾਵੇਂ ਬਾਪੂ ਲਿਆ ਹੋਏ ਕਮਾਈ ਕਰਕੇ, ਪਰ ਹਵਾਲੇ ਮਾਂ ਦੇ ਕਰਦਾ ਹੈ, ਲੈ ਤੂੰ ਬੱਚਿਆਂ ਨੂੰ ਪਾ ਕੇ ਖਾਣਾ ਉਹ ਬਣਾਉਂਦੀ ਹੈ। ਬਸ ਇਸੇ ਵੀ ਆਖ ਦਿੱਤਾ ਮਾਤਾ ਧਰਤ ਮਹੱਤ, ਪਵਨ ਗੁਰੂ ਪਾਣੀ ਕੀਤਾ ਮਾਤਾ ਧਰਤ ਮਹੱਤ ਧਰਤੀ। ਇੱਕ ਮਾਂ ਜਿਹਦੇ ਹੱਥ ਸਾਰੇ ਭੰਡਾਰ ਦੇ ਦਿੱਤੇ, ਜੋ ਕੁਝ ਅਸੀਂ ਖਾਂਦੇ ਹਾਂ ਉਹ ਵੀ ਧਰਤੀ ਤੋਂ ਮਿਲਦਾ ਹੈ, ਜਿੱਥੇ ਰਹਿੰਦੇ ਹਾਂ ਉਹ ਵੀ ਧਰਤੀ 'ਤੇ ਰਹਿੰਦੇ ਹਾਂ, ਜੋ ਪਹਿਨਣੇ ਹਾਂ ਉਹ ਵੀ ਧਰਤੀ ਤੋਂ ਨਿਕਲਦਾ। ਧਰਤੀ ਇੱਕ ਅਤੇ ਸਾਰੇ ਭੰਡਾਰ ਉਹਦੇ ਵਿੱਚ, ਗੁਰਬਾਣੀ ਕਹਿੰਦੀ ਧਰਤੀ ਦੇਗ ਮਿਲੇ ਇੱਕ ਵਾਰੀ ਭਾਗ ਤੇਰਾ ਭੰਡਾਰੀ, ਤੇਰੇ ਸਾਰੇ ਭਾਗ ਜੋ ਅੱਜ ਤੱਕ ਤੂੰ ਮਾਣ ਰਿਹਾ ਸਾਰੇ ਉਸ ਧਰਤੀ ਦੇ ਭੰਡਾਰ ਵਿੱਚ ਬੈਠੇ, ਅਤੇ ਧਰਤੀ ਮੇਰੇ ਰੱਬ ਨੇ ਬਣਾਈ ਉਹ ਤੂੰ ਨਹੀਂ ਬਣਾਈ। ਇੱਕ ਧਰਤੀ ਚੁੱਕ ਲਵੇ ਤੇਰੇ ਲਈ ਕੱਪੜਾ ਵੀ ਨਾ ਰਹੇ, ਤੇਰੇ ਰਹਿਣ ਲਈ ਮਕਾਨ ਵੀ ਨਾ ਰਹੇ, ਤੇਰੀ ਦੁਕਾਨ ਵੀ ਨਾ, ਕੁਛ ਵੀ ਨਹੀਂ ਰਹਿ ਸਕਦਾ ਜੇ ਇੱਕ ਮਾਲਕ ਧਰਤੀ ਉਠਾ ਲਵੇ। ਤੈਨੂੰ ਇੰਨਾ ਵਿਸ਼ਵਾਸ ਰੱਬ ਨਾਲ ਹਿਸਾਬ ਕਰਨ ਲੱਗਿਆ ਜ਼ਰੂਰ ਹੋਣਾ ਚਾਹੀਦਾ ਹੈ ਕਿ ਇੱਕ ਧਰਤੀ ਦੀ ਕੀਮਤ ਤੂੰ ਨਹੀਂ ਦੇ ਸਕਦਾ। ਤੂੰ ਕਬਜ਼ੇ ਕਰਨ ਜੋਗਾ ਹੈ, ਧਰਤੀ 'ਤੇ ਕਬਜ਼ਾ ਹੈ, ਇਹ ਧਰਤੀ ਮੇਰੀ ਹੈ, ਜੇ ਇਹਦੇ 'ਤੇ ਕੋਈ ਹੋਰ ਪੈਰ ਧਰੇਗਾ ਤਾਂ ਮੈਂ ਬਰਦਾਸ਼ਤ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਇਹ ਗੱਲ ਆਖ ਦਿੱਤੀ, ਕਹਿਣ ਲੱਗੇ ਤੇਰੀ ਹਾਲਤ ਇਹ ਹੈ ਕਿ ਤੂੰ ਆਖਣਾ ਜੇ ਕੋਈ ਮੇਰੀ ਧਰਤੀ 'ਤੇ ਪੈਰ ਧਰੇਗਾ ਮੈਂ ਉਸਨੂੰ ਨਹੀਂ ਬਖਸ਼ਾਂਗਾ। ਤੇਰੀ ਧਰਤੀ 'ਤੇ ਤਾਂ ਹੈ ਜੇ ਤੂੰ ਬਣਾਈ ਹੋਵੇ। ਗੁਰੂ ਤਾਂ ਇਹ ਭਰਮ ਅਤੇ ਭੁਲੇਖੇ ਦੂਰ ਕਰਦੇ ਨੇ ਤਾਂ ਕਿ ਤੈਨੂੰ ਆਪਣੀ ਔਕਾਤ ਦਾ, ਆਪਣੀ ਅਸਲੀਅਤ ਦਾ, ਆਪਣੀ ਸ਼ਕਤੀ ਦਾ ਪਤਾ ਲੱਗ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।